ਮਿਸ਼ਨ 2022 ਪੰਜਾਬ ਦੇ ਮਿਸ਼ਨ 2022 ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਜਿਹੜੇ ਆਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਉਹਨਾਂ ਤੋਂ ਵੱਖ ਹੋ ਗਏ ਨੇ ਕੀ ਕੁਝ ਕਾਰਨ ਰਹੇ ਕਿ ਬਿਲਕੁਲ ਐਨ ਇਲੈਕਸ਼ਨ ਤੋਂ ਪਹਿਲਾਂ ਪੋਲੀਟੀਕਲ ਐਡਵਾਈਜ਼ਰ ਜਿਹੜੇ ਨੇ ਉਹ ਦੂਰ ਹੋ ਗਏ ਸੁਖਬੀਰ ਸਿੰਘ ਬਾਦਲ ਤੋਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਨੇ ਅਨੀਸ਼ ਸਿਧਾਨਾ ਸਾਹਿਬ ਅਨੀਸ਼ ਜੀ ਸਵਾਗਤ ਹੈ ਜਗਮਾਨੀ ਟੀਵੀ ਤੇ ਥੈਂਕ ਯੂ ਜਗਮਾਨੀ ਟੀਵੀ ਅਸੀਂ ਤੁਹਾਡੇ ਤੋਂ ਪੁੱਛੀਏ ਕਿ ਕਿਉਂ ਤੁਹਾਡੀ ਸੁਖਬੀਰ ਬਾਦਲ ਹੁਣਾਂ ਨਾਲ ਦੂਰੀ ਹੋ ਗਈ ਕਿਉਂਕਿ ਕੁਝ ਦਿਨ ਪਹਿਲਾਂ ਹੀ ਤੁਸੀਂ ਉਹਨਾਂ ਦੇ ਐਡਵਾਈਜ਼ਰ ਲਾਏ ਗਏ ਸੀ ਤੇ ਅਹਿਮ ਜ਼ਿੰਮੇਵਾਰੀਆਂ ਤੁਹਾਨੂੰ ਦਿੱਤੀਆਂ ਗਈਆਂ ਸੀ ਫਿਰ ਕੀ ਕਾਰਨ ਰਹਿ ਦੂਰੀ ਦੇ ਦੇਖੋ ਸੁਖਬੀਰ ਜੀ ਨਾਲ ਮੇਰੀ ਪਿਛਲੇ ਕਰੀਬ 1 ਸਾਲ ਤੋਂ ਕਿਸ ਤਰ੍ਹਾਂ ਪੰਜਾਬ ਨੂੰ ਬਿਹਤਰ ਬਣਾਣਾ ਕਿਉਂਕਿ ਪੰਜਾਬ ਬਹੁਤ ਸੰਤਾਪ ਹੋ ਗਿਆ ਹੈ ਚਾਹੇ ਉਹ ਪਿਛਲੇ 10 ਸਾਲ ਹੋਣ ਜਾਂ ਇਹ 5 ਸਾਲ ਕਾਂਗਰਸ ਦੇ ਹੋਣ ਡਰੱਗਸ ਦੀ ਗੱਲ ਕਰ ਲੋ ਮਾਫੀਆ ਰਾਜ ਦੀ ਗੱਲ ਕਰ ਲੋ ਤਾਂ ਮੇਰੀ ਸੁਖਬੀਰ ਜੀ ਨਾਲ ਕਾਫੀ ਲੰਬੀਆਂ ਮੀਟਿੰਗਸ ਹੋਈਆਂ ਔਰ ਮੈਨੂੰ ਵੀ ਲੱਗਿਆ ਕਿ ਸੁਖਬੀਰ ਜੀ ਪੰਜਾਬ ਦੇ ਵਿੱਚ ਇੱਕ ਡਿਵੈਲਪਮੈਂਟ ਦੇ ਏਜੰਡੇ ਵਾਲਾ ਨਵਾਂ ਰਾਜ ਲੈ ਕੇ ਆਉਣਾ ਚਾਹੁੰਦੇ ਨੇ ਨਸ਼ਾ ਮੁਕਤ ਕਰਨਾ ਚਾਹੁੰਦੇ ਨੇ ਤਾਂ ਮੈਂ ਇਹਨਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਉਹ ਮੈਂ ਧੰਨਵਾਦ ਦੀਆਂ ਕਿ ਇਹਨਾਂ ਨੇ ਮੈਨੂੰ ਆਪਣਾ ਪੋਲਿਟਿਕਲ ਡਵਾਈਜ਼ਰ ਬਣਾਇਆ ਪਰ ਜਦੋਂ ਮੈਂ ਅੰਦਰ ਜਾ ਕੇ ਮਹਿਸੂਸ ਕੀਤਾ ਕੀ ਜਿਸ ਤਰੀਕੇ ਦੀ ਗੱਲ ਹੋਈ ਉਹ ਗੱਲ ਮੈਨੂੰ ਕਿਤੇ ਨਜ਼ਰ ਨਹੀਂ ਆਈ ਨੰਬਰ 1 ਨੰਬਰ 2 ਮੈਂ ਇਹਨਾਂ ਨਾਲ ਇਹ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜੋ ਹਿੰਦੂਜ਼ ਨੇ ਉਹ ਮਿਨੋਰਟੀ ਵਿੱਚ ਨੇ ਔਰ ਮਿਨੋਰਟੀਜ਼ ਦੀ ਗੱਲ ਕਰਨਾ ਕੋਈ ਪਾਪ ਵਾਲੀ ਗੱਲ ਨਹੀਂ ਤਾਂ ਹਿੰਦੂਜ਼ ਦੇ ਨੋ ਵੀ ਪੋਲਿਟੀਕਲ ਰਿਪਰੈਜ਼ੈਂਟੇਸ਼ਨ ਪਾਲਿਸੀ ਮੇਕਿੰਗ ਚ ਉਹਨਾਂ ਨੂੰ ਲਾਣਾ ਲੇਕਿਨ ਮੈਂ ਮਹਿਸੂਸ ਕੀਤਾ ਕਿ ਅਕਾਲੀ ਦਲ ਦਾ ਜੋ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਮਨਾਂ ਵਿੱਚ Hindu ਲੀਡਰਸ਼ਿਪ ਲਈ ਕੋਈ ਸਥਾਨ ਨਹੀਂ ਔਰ ਇਹਨਾਂ ਦੇ ਜੋ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਹਮੇਸ਼ਾ ਹੀ Hindu ਔਰ ਇਹ ਹਿੰਦੂਤਵ ਨੂੰ ਸੰਪਰਦਾਇਕ ਆ Hindu I want to tell Hindu ਸੰਪਰਦਾਇਕ ਨਹੀਂ ਹੁੰਦਾ ਸਭ ਤੋਂ ਸਹਿਨਸ਼ੀਲ ਹੁੰਦਾ ਹੈ ਸਰਵੇਪੰਤੂ ਸੁਖਿਨਾ ਤੇ ਚੱਲਦਾ ਹੈ ਔਰ ਮਜ਼ਾਰ ਤੇ ਵੀ ਮੱਥਾ ਟੇਕਦਾ ਹੈ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਜਦੋਂ ਮੈਂ ਮਹਿਸੂਸ ਕੀਤਾ ਫਿਰ ਮੈਂ ਬਾਦਲ ਸਾਹਿਬ ਨੂੰ ਇਸ ਬਾਰੇ ਦੱਸਿਆ ਵੀ ਕਿ ਇਹ ਸਾਰਾ ਕੁਝ ਹਾਰਡਲਾਈਨਰਜ਼ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੋ ਡਾਊਟ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ। ਔਰ ਅਸੀਂ ਵੀ ਪੰਥ ਦੀ ਇੱਜ਼ਤ ਕਰਨੇ ਆ। ਲੇਕਿਨ ਪੰਜਾਬ ਦੇ ਸਿਆਸੀ ਪੇੜੇ 'ਚ ਮੇਰਾ ਇਹ ਮੰਨਣਾ ਹੈ ਕਿ ਅਕਾਲੀ ਦਲ ਨੂੰ ਇੱਕ ਪੰਜਾਬੀ ਪਾਰਟੀ ਇੱਕ ਟ੍ਰੂ ਸੈਂਸ ਅ ਰੀਜਨਲ ਪਾਰਟੀ ਬਣ ਕੇ ਉੱਭਰਨਾ ਚਾਹੀਦਾ ਸੀ। ਔਰ ਮੇਰੀ ਗੱਲ ਵੀ ਹੋਈ ਸੀ। ਲੇਕਿਨ ਮੈਨੂੰ ਲੱਗਿਆ ਕਿ ਇਹ ਪੋਸੀਬਲ ਨਹੀਂ ਹੋਣਾ ਫਿਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਅਕਾਲ ਤਖਤ ਦੇ ਐਕਟਿੰਗ ਜਥੇਦਾਰਨ ਜੀ ਬਹੁਤ ਹੀ ਸਨਮਾਨਤਨ ਕੁਝ ਵਿਦਵਾਨ ਸਿੱਖੀズム ਦੇ ਮੈ ਨਿਮਾਣਾ ਆਦਮੀ ਹਾਂ ਤਾਂ ਜਿਸ ਤਰੀਕੇ ਨਾਲ ਉਹਨਾਂ ਨੇ ਜਦੋਂ ਮਨਜਿੰਦਰ ਸਿੰਘ ਸਰਸਾ ਗਿਆ ਇਹ ਕਿਹਾ ਕਿ ਇਹ ਨਾਲੇ ਪੰਥ ਦੀ ਪੇਟੇ ਚੁਰਾ ਮਾਰ ਦਿੱਤਾ ਹੈ ਤਾਂ ਮੈਂ ਸਮਝਦਾ ਉਸ ਹੀ ਮਹਾਨ ਸ਼ਖਸੀਅਤ ਨੂੰ ਜਦੋਂ ਅਕਾਲੀ ਦਲ ਭਾਜਪਾ ਦੇ ਨਾਲ ਸੀ ਕਿ ਉਹ ਤੋਂ ਪੰਤੀ ਪੇਠੇ ਛੁਰਾ ਨਹੀਂ ਬਧੀਆ ਸੀ ਸੋ ਇਸ ਤਰੀਕੇ ਦੀ ਜਦੋਂ ਪੋਜੀਸ਼ਨਿੰਗ ਹੋਣ ਲੱਗੀ ਤਾਂ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਇੱਥੋਂ ਜਲਦੀ ਮੇਰੋਵਾ ਦੀ ਭੁੱਲ ਦਾ ਅਹਿਸਾਸ ਹੋ ਚੁੱਕਿਆ ਸੀ ਤੇ ਮੈਂ ਜਲਦੀ ਹੀ ਇਸ ਤੋਂ ਛੁਟਕਾਰਾ ਪਾ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਗੱਲ ਲੈ ਕੇ ਜਾਵਾਂ ਪੰਜਾਬੀ Hindu ਵੈਲਫੇਅਰ ਫਰੰਟ ਬਣਾ ਕੇ ਜਾਵਾਂ ਜੋ ਸਮਾਜਿਕ ਹੋਏਗਾ ਲੇਕਿਨ ਉਹ ਪੰਜਾਬ ਦੇ ਭਲੇ ਦੀ ਗੱਲ ਕਰੇਗਾ ਪੰਜਾਬ ਦੇ ਹਿੰਦੂ ਦੀ ਗੱਲ ਕਰੇਗਾ ਪੰਜਾਬ ਦੇ ਐਸਸੀ ਹਿੰਦੂ ਦੀ ਗੱਲ ਕਰੇਗਾ ਪੰਜਾਬ ਦੇ ਓਬੀਸੀ ਹਿੰਦੂ ਦੀ ਗੱਲ ਕਰੇਗਾ ਉਸ ਮੁੱਚੀ ਮਾਨਵਤਾ ਦੀ ਗੱਲ ਕਰੇਗਾ ਮਤਲਬ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਕਰਦੇ ਹੋਏ ਤੁਹਾਡਾ ਕੋਈ ਆਪਣਾ ਸਿਆਸੀ ਹਿੱਤ ਹੈ ਉਹਨਾਂ ਤੋਂ ਅਲੱਗ ਹੋਣ ਵਾਸਤੇ ਕਿਉਂਕਿ ਤੁਸੀਂ ਕਾਂਗਰਸ ਚੋਂ ਅਕਾਲੀ ਦਲ ਚ ਆਏ ਸੁਖਬੀਰ ਬਾਦਲ ਦੇ ਪੋਲੀਟੀਕਲ ਐਡਵਾਈਜ਼ਰ ਮਤਲਬ ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਬਣਨਾ ਆ ਜਿਹੜਾ ਹੈ ਵਿਸ਼ਵਾਸ ਪਾਤਰਾਂ ਦੀ ਗਿਣਤੀ ਵਿੱਚ ਜਦੋਂ ਗਿਣੇ ਜਾਂਦੇ ਆ ਤਾਂ ਹੀ ਪੋਲੀਟੀਕਲ ਐਡਵਾਈਜ਼ਰ ਲਾਏ ਜਾਂਦੇ ਆ ਸੋ ਹੁਣ ਤੁਹਾਡਾ ਆਪਣਾ ਸਿਆਸੀ ਹਿੱਤ ਕੀ ਹੈ ਦੇਖੋ ਮੈਂ ਇੱਕ ਗੱਲ ਬੜੀ ਸਾਫ਼ ਹੈ ਮੇਰੀ ਜੁਆਇਨਿੰਗ ਵਾਲੇ ਦਿਨ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਐਮਐਲਏ ਦੀ ਟਿਕਟ ਬਾਰੇ ਲੇਕਿਨ ਨਾ ਮੈਂ ਕੋਈ ਟਿਕਟ ਲੈਣ ਲਈ ਆਇਆ ਨਾ ਮੈਂ ਕਦੇ ਟਿਕਟ ਮੰਗੀ ਔਰ ਤੁਹਾਡੇ ਕੈਮਰੇ ਦੇ ਸਾਹਮਣੇ ਵਾਅਦਾ ਕਰਕੇ ਚੱਲੇ ਆ ਕਿ ਨਾ ਭਵਿੱਖ ਵਿੱਚ ਕਦੇ ਕਿਸੇ ਕੋਲ ਵੀ ਟਿਕਟ ਮੰਗਾਗਾ ਮੈਂ بڑے بڑے ਅਹੁਦੇ ਛੱਡ ਕੇ ਆਇਆ ਮੈਂ ਇੰਡਸਟਰੀ ਦਾ ਚੇਅਰਮੈਨ ਕਾਂਗਰਸ ਸੀ ਮੈਂ ਉਸ ਨੇ ਅਸਤੀਫਾ ਦਿੱਤਾ ਮੈਂ ਬਾਰਡਰ ਐਂਡ ਕੰਡੀ ਏਰੀਆ ਡਿਵੈਲਪਮੈਂਟ ਬੋਰਡ ਦਾ ਮੈਂਬਰ ਸੀ ਜਿਹਦੇ ਮੁੱਖ ਮੰਤਰੀ ਸਾਹਿਬ ਚੇਅਰਮੈਨ ਸੀ ਅਸਤੀਫਾ ਦਿੱਤਾ ਮੈਂ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਬਾਜਵਾਤ ਸਾਹਿਬ ਨੇ ਅਸਤੀਫਾ ਦਿੱਤਾ ਮੈਂ ਇੰਟੈਲੈਕਚੁਅਲ ਸੈਲ ਦੇ ਚੇਅਰਮੈਨ ਤੋਂ ਅਸਤੀਫਾ ਦਿੱਤਾ ਤੇ ਮੇਰੇ ਲਈ ਕੋਈ ਅਹੁਦੇ ਮਹੱਤਵ ਨਹੀਂ ਰੱਖਦੇ ਮੈਂ ਸੂਲਾਂ ਦੀ ਰਾਜਨੀਤੀ ਕੀਤੀ ਹੈ ਮੇਰੀ ਰਾਜਨੀਤੀ ਮਾਨਵਤਾ ਦੀ ਸੇਵਾ ਇਸ ਕਰਕੇ ਮੇਰਾ ਕੋਈ ਨਾ ਹਿڈن ਏਜੰਡਾ ਸੀ ਨਾ ਹੈ ਮੇਰਾ ਇੱਕ ਕਿ ਮੈਂ ਰਾਜਨੀਤੀ ਕਰਾਂ ਜਾਂ ਨਾ ਕਰਾਂ ਮੇਰੇ ਸਾਹਮਣੇ ਇਹ ਵੀ ਸਵਾਲ ਹੈ ਕਿ ਮੈਂ ਅਪੂਖੇ ਚ ਰਾਜਨੀਤੀ ਕਰਨੀ ਵੀ ਹੈ ਕਿ ਨਹੀਂ ਕਰਨੀ ਲੇਕਿਨ ਮੈਂ ਆਪਣਾ ਜੋ ਸਮਾਜਿਕ ਫਰੰਟ ਦੀ ਗੱਲ ਕੀਤੀ ਹੈ ਇਹਦੇ ذریعے ਹਿੰਦੂਆਂ ਦੇ ਉਥਾਨ ਦੀ ਗੱਲ ਕਰਦਾ ਰਾਂਗਾ ਸਾਡੇ ਦਬੇ ਕੁਚਲੇ ਜੋ Hindu ਭਾਈਚਾਰੇ ਦੇ ਲੋਕ ਨੂੰ ਉਹਨਾਂ ਦੇ ਲਈ ਜੋ ਸਰਕਾਰ ਵੱਲੋਂ ਬੈਨੀਫਿਟਸ ਵਾਲੀ ਸਕੀਮਾਂ ਉਹ ਉਹਨਾਂ ਤੱਕ ਪਹੁੰਚਾਉਣ ਦੀ ਗੱਲ ਕਰਦਾ ਰਾਂਗਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੀਵਨ 'ਚ ਮੈਂ ਕਦੇ ਆਪਣੇ ਸਵਾਰਥ ਦੀ ਕਦੇ ਵੀ ਗੱਲ ਨਹੀਂ ਕੀਤੀ ਹਮੇਸ਼ਾ ਗੱਲ ਕੀਤੀ ਤਾਂ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਜੀ ਤੇ ਇੱਥੇ ਅਹਿਮ ਸਵਾਲ ਇਹ ਬਣਦਾ ਹੈ ਕਿ ਤੁਸੀਂ ਕਹਿ ਰਹੇ ਸੀ ਕਿ ਨਸ਼ਾ ਮੁਕਤੀ ਦੀ ਗੱਲ ਕਰਕੇ ਤੁਹਾਨੂੰ ਅਕਾਲੀ ਦਲ ਵਿੱਚ ਲਿਆਂਦਾ ਗਿਆ ਤੁਸੀਂ ਕਾਂਗਰਸ 'ਚ ਰਹੇ ਨਸ਼ਾ ਮੁਕਤੀ ਦੀ ਗੱਲ ਤਾਂ ਉਹਨਾਂ ਨੇ ਵੀ ਕੀਤੀ ਸੀ ਇਲਜ਼ਾਮ ਜਿਹੜੇ ਤਰ੍ਹਾਂ ਤੁਸੀਂ ਸ਼ਾਮਿਲ ਹੋਏ ਉਹਨਾਂ ਤੇ ਵੀ ਕਾਫੀ ਸਾਰੇ ਲੱਗਦੇ ਨੇ ਫਿਰ ਤੁਸੀਂ ਇਸ ਗੱਲ ਤੇ ਕਿਵੇਂ ਪਰੋਸਾ ਕਰ ਲਿਆ ਨਹੀਂ ਦੇਖੋ ਮੈਂ ਭਰੋਸਾ ਕਰਨ ਵਾਲਾ ਆਦਮੀ ਆ ਭਰੋਸਾ ਤਾਂ ਇਨਸਾਨ ਨੂੰ ਕਰਨਾ ਹੀ ਪੈਂਦਾ ਔਰ ਅੱਜ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਔਰ ਕੈਮਰਾ ਕਹਿ ਰਿਹਾ ਕਿ ਆਈ ਕਨਸੀਡਰ ਸੁਖਵੀਰ ਸਿੰਘ ਬਾਦਲ ਅ ਗੁੱਡ ਹਿਊਮਨ ਬੀਇੰਗ ਔਰ ਮੇਰੀ ਸਰਕਾਰ ਦੇ ਵਿੱਚ ਵਾਰ ਅਗੇ ਇਸ ਡਰੱਗਸ ਦੀ ਮੁਹਿੰਮ ਮੈਂ ਸ਼ੁਰੂਆਤ ਕੀਤੀ ਲੇਕਿਨ ਮੈਂ ਹੀ ਇਨਸਾਨ ਹੋਵਾਂਗਾ ਜਿਹਨੇ ਮਾਨਯੋਗ ਮੁੱਖ ਮੰਤਰੀ ਕੈਪਟਨ ਨਰਿੰਦਰ ਸਿੰਘ ਜੀ ਦੇ ਸਾਹਮਣੇ ਮੀਟਿੰਗ 'ਚ ਖੜੇ ਹੋ ਕੇ ਕਹਤਾ ਸੀ ਕਿ ਪੰਜਾਬ ਵਿੱਚ ਨਸ਼ੇ ਨੂੰ ਠੱਲ ਨਹੀਂ ਪਾਈ ਸੋ ਇਸ ਕਰਕੇ ਮੇਰਾ ਮਨ ਬਿਲਕੁਲ ਐਸੀ ਕਮਿਟਡ اور ਕਮਿਟਮੈਂਟ ਵਾਲੀ ਲੀਡਰਸ਼ਿਪ ਮੈਚਾਨਾ ਕਿ ਉਹ ਆਏ ਜਿਹੜੀ ਪੰਜਾਬ ਦੀ ਜਵਾਨੀ ਨੂੰ ਵਾਕਿਆ ਹੀ ਇਹ ਮੇਰਾ ਇੱਕ ਦਿਸ ਇਸ਼ੂ ਇਜ਼ ਵੈਰੀ ਕਲੋਸ ਟੂ ਮਾਈ ਹਾਰਟ ਮੈਚਾਨਾ ਕਿ ਉਹ ਆ ਕੇ ਪੰਜਾਬ ਦੀ ਜਵਾਨੀ ਨੂੰ ਔਰ ਪੰਜਾਬ ਨੂੰ ਨਸ਼ਾ ਮੁਕਤ ਕਰੇ ਮੈਂ ਭਰੋਸਾ ਕੀਤਾ ਭਰੋਸਾ ਕਰਨਾ ਸਾਡੇ ਸ਼ਾਸਤਰ ਕਹਿੰਦੇ ਕਿਤੇ ਵੀ ਪਾਪ ਨਹੀਂ ਭਰੋਸਾ ਤੋੜਨਾ ਇੱਕ ਬੜਾ ਵੱਡਾ ਪਾਪ ਹੈ ਕਿਹੜਾ ਭਰੋਸਾ ਤੁਹਾਡਾ ਟੁੱਟ ਗਿਆ ਨੇ ਮੇਰਾ ਨਹੀਂ ਭਰੋਸਾ ਮੈਂ ਕਹਿ ਰਿਹਾ ਕਿ ਮੈਂ ਭਰੋਸਾ ਕੀਤਾ ਕਿ ਨਸ਼ਾ ਖਤਮ ਕਰਨਗੇ ਹਿੰਦੂਸ ਦੀ ਗੱਲ ਕਰਨਗੇ ਚਲੋ ਹਿੰਦੂਸ ਦੀ ਗੱਲ ਤੇ ਆ ਗਈ ਨਾ ਗੱਲ ਕਿ ਹਿੰਦੂਸ ਦੀ ਗੱਲ ਜੋ ਮੈਨੂੰ ਮੇਰੇ ਨਾਲ ਗੱਲ ਹੋਈ ਸੀ ਉਹ ਉੱਥੇ ਜਿਹੜੇ ਉਹਨਾਂ ਦੇ ਹਾਰਡਲਾਈਨਰਸ ਨੇ ਉਹ ਹਾਰਡਲਾਈਨਰਸ ਨੂੰ ਅਪੀਜ਼ ਕਰਨ ਲਈ ਉਹ ਹਿੰਦੂਸ ਨੂੰ ਸੰਪਰਦਾਇਕ ਦੱਸ ਰਹੇ ਨੇ ਆਈ ਕਾਟ ਟੋਲਡ ਇਸ தி ਸਿੰਗ ਹਿੰਦੂ ਕਦੇ ਸੰਪਰਦਾਇਕ ਨਹੀਂ ਹੋ ਸਕਦਾ ਤਾਂ ਭਰੋਸਾ ਤਾਂ ਟੁੱਟਿਆ ਨਾ ਮੇਰਾ ਪਰ ਅਕਾਲੀ ਦਲ ਵੱਲੋਂ ਜਾਂ ਫਿਰ ਇਹ ਕਿਹਾ ਜਾਂਦਾ ਕਿ ਉਹ ਜਿਹੜਾ ਹੈ ਸਭ ਦੀ ਸਭ ਧਰਮਾਂ ਦਾ ਮਾਨ ਕਰਦੇ ਨੇ ਸਾਰੀ ਜਿਹੜੀਆਂ ਸਾਰਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਨੇ ਪਰ ਫਿਰ ਤੁਸੀਂ ਜਿਹੜੀਆਂ ਇੰਟਰਨਲ ਗੱਲਾਂ ਦੱਸ ਰਿਹਾ ਕਿ ਇਹਨਾਂ ਕਰਕੇ ਭਰੋਸਾ ਟੁੱਟਿਆ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਹੋਈ ਦੇਖੋ ਮਨਾਉਣ ਦੀ ਕੋਸ਼ਿਸ਼ ਤਾਂ ਤਾਂ ਹੋਏ ਨਾ ਜੇ ਮੈਂ ਕੋਈ ਰੁੱਸਿਆ ਹੋਵਾਂ ਤਾਂ ਮੇਰੀ ਕਿਸੇ ਅਹੁਦੇ ਦੀ ਲੜਾਈ ਹੋਵੇ ਤਾਂ ਬਹੁਤ ਵੱਡਾ ਉੱਚਾ ਅਹੁਦਾ ਦਿੱਤਾ ਉਹਨਾਂ ਨੇ ਮੈਨੂੰ ਮੇਰੀ ਕੋਈ ਟਿਕਟ ਦੀ ਲੜਾਈ ਹੋਵੇ ਤਾਂ ਮੈਂ ਕਿਉਂ ਉਹਨਾਂ ਨੂੰ ਦੱਸਾਂਗਾ ਕਿ ਮੈਂ ਇਹ ਕਰਨ ਜਾ ਰਿਹਾ when i came to know ki this is not going to happen ਤਾਂ ਮੇਰੇ ਲਈ ਕੀ ਰਸਤਾ ਸੀ ਮੈਂ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ ਡਾਇਰੈਕਟ ਕੈਮਰੇ ਸਾਹਮਣੇ ਆਇਆ ਮੈਂ ਨਾ ਲੋਗਾ ਵੱਲੋਂ ਥੋੜਾ ਕਿ ਸੌਦੇਬਾਜ਼ੀਆਂ ਕਰਦਾ ਆਈ ਐਮ ਅ ਵੈਰੀ ਸਿੰਪਲ ਮੈਨ ਆਈ ਐਮ ਅ ਕਾਮਨ ਪਰਸਨ ਸਧਾਰਨ ਆਦਮੀ ਆ ਔਰ ਸਧਾਰਨ ਆਦਮੀ ਚ ਫੈਸਲੇ ਲੈਣ ਦਾ ਦਮ ਹੁੰਦਾ ਹੈ ਇਵੈਸਟਡ ਇੰਟਰਸਟ ਫੈਸਿਲਿਟੀ ਲੈ ਸਕਦੇ ਇਸ ਕਰਕੇ ਮੈਂ ਫੈਸਲਾ ਲਿਆ ਮੇਰੀ ਅੰਤਰਾਤਮਾ ਮੇਰੀ ਜ਼ਮੀਰ ਦੀ ਆਵਾਜ਼ ਸੀ ਕਿ ਨੋ ਯੂ ਸ਼ੁੱਡ ਨਟ ਕੰਟੀਨਿਊ ਐਂਡ ਯੂ ਕੈਨ ਨਟ ਕੰਟੀਨਿਊ ਤਾਂ ਮੈਂ ਨਹੀਂ ਕੰਟੀਨਿਊ ਕਰ ਰਿਹਾ ਥਿਸ ਇਜ਼ ਮਾਈ ਡਿਸੀਸ਼ਨ ਮੇਰੀ ਅੰਦਰ ਦੀ ਆਵਾਜ਼ ਹੈ ਠੀਕ ਹੈ ਔਰ ਮੈਂ ਕਿਸੇ ਨੂੰ ਕੋਈ ਜੀਵਨ ਦੇ ਵਿੱਚ ਕਿਸੇ ਦੇ ਨਾਲ ਕੋਈ ਬੁਰੀ ਕਰਕੇ ਨਹੀਂ ਆ ਰਿਹਾ ਮੇਰਾ ਰਸ ਮੇਰੀ ਜ਼ਿੰਦਗੀ ਮੇਰਾ ਰਸਤਾ ਹੈ ਮੇਰੀ ਰਸਤਾ ਮਾਨਵਤਾ ਦਾ ਸੇਵਾ ਹੈ ਮੈਂ ਇਸ ਰਸਤੇ ਤੇ ਚੱਲਾਂਗਾ ਤੇ ਇਕੱਲਾ ਹੀ ਕਿੰਨਾ ਰਹਾਂ ਚੱਲਦਾ ਸੋ ਦੈਟਸ ਵਾਈ ਆ ਰਿਜ਼ਾਈਨਡ ਫਰਮ ਥਿਸ ਪੋਸਟ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਦਨ ਦੇ ਲਈ ਸੋ ਅਨੀਸ਼ ਸਦਾਨਾ ਜੀ ਉਹ ਕਹਿ ਰਹੇ ਨੇ ਕਿ ਅ ਅਕਾਲੀ ਦਲ ਵਿੱਚ ਉਹਨਾਂ ਨੂੰ ਇੱਕ ਅਹਿਮ ਭੂਮਿਕਾ ਮਿਲੀ ਪਰ ਜਿਹੜੀਆਂ ਗੱਲਾਂ ਉਹਨਾਂ ਦੇ ਨਾਲ ਕੀਤੀਆਂ ਗਈਆਂ ਸੀ ਜਿਹੜੇ ਕਮਿਟਮੈਂਟ ਉਹਨਾਂ ਨੇ ਕੀਤੇ ਗਏ ਸੀ ਅਜਿਹੀਆਂ ਗੱਲਾਂ ਜਿਹੜੀਆਂ ਨੇ ਅਜੀਹਾ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਪਾਰਟੀ ਦੇ ਅੰਦਰ ਜਾਣ ਤੋਂ ਬਾਅਦ ਤੇ ਕਈ ਜਿਹੜੀਆਂ ਗੱਲਾਂ ਜਿਹੜੀਆਂ ਹੈ ਉਸ ਦੇ ਨਾਲ ਉਹਨਾਂ ਦੇ ਸੈਂਟੀਮੈਂਟ ਜਿਹੜੇ ਨੇ ਉਹ ਹਰਟ ਹੋਏ ਨੇ ਇਸ ਕਰਕੇ ਉਹਨਾਂ ਨੇ ਅਕਾਲੀ ਦਲ ਨੂੰ ਬਾਈ ਬਾਈ ਕਰ ਦਿੱਤਾ ਕੈਮਰਾਮੈਨ ਅਮਿਤ ਦਿਨਾਲ ਸ਼ਰਮਿਤ ਜਾਗਮਾਣੀ ਟੀਵੀ ਚੰਡੀਗੜ੍ਹ